ਤੂੰ ਮੈਨੂੰ ਬਦਨਾਮੀ ਇਤਨਾ ਕਰ ਕਿ ਸ਼ੌਹਰਤ ਵੀ ਗੁਲਾਮ ਹੋ ਜਾਏ ਸੁਖਪਾਲ ਖੈਰਾ ਜੇਲ੍ਹ ਚੋਂ ਬਾਹਰ ਆਇਆ ਸਭ ਦਾ ਵਿਰੋਧੀ ਤੇਰੇ ਦੇ ਲੀਡਰ ਆ ਤੇ ਕਾਂਗਰਸੀ ਆਗੂ ਆ ਭਲਾਤੋ ਟਿਕਟ ਮਿਲ ਗਈ ਇਹਨਾਂ ਨੂੰ ਜੇਲ੍ਹ 'ਚ ਬੈਠੇ ਬੈਠੇ ਗੱਲਬਾਤ ਕਰ ਲੈਣੇ ਖੈਰਾ ਸਾਹਿਬ ਤੁਹਾਡੀਆਂ ਤਸਵੀਰਾਂ ਆਉਂਦੀਆਂ ਸੀਗੀਆਂ ਤੁਸੀਂ ਵਿਧਾਨ ਸਭਾ ਦੇ ਬਾਹਰ ਬੈਠੇ ਹੁੰਦੇ ਸੀ ਧਰਨਾ ਲਾ ਰਹੇ ਹੁੰਦੇ ਸੀ ਵਿਧਾਨ ਸਭਾ ਦੇ ਵਿੱਚ ਆਵਾਜ਼ ਗੂਲਦੀ ਹੁੰਦੀ ਸੀ ਉਹ ਤਸਵੀਰਾਂ ਛਪੀਆਂ ਅਖਬਾਰਾਂ ਦੇ ਵਿੱਚ ਤੇ ਇੱਕ ਉਹ ਤਸਵੀਰ ਸੁਖਪਾਲ ਖੈਰਾ ਜੇਲ੍ਹ ਦੀਆਂ ਸਲਾਕਾਂ ਪਿੱਛੇ ਹੱਥ ਤੇ ਹੱਤ ਪਾ ਕੇ ਖੜੇ ਹੋ ਗਿਆ ਕੀ ਫਰਕ ਦੇਖਿਆ ਦੋਨਾਂ ਤਸਵੀਰਾਂ ਦੇ ਵਿੱਚ ਤੁਸੀਂ ਕੋਈ ਗੱਲ ਨਹੀਂ ਕੀ ਇਹ ਬੰਦਿਆਂ ਵਾਲੀ ਜੇਲ੍ਹਾਂ ਬਣੀਆਂ ਨੇ ਮੈਨੂੰ ਜੇਲ੍ਹ ਵਿੱਚ ਭੇਜਿਆ ਗਿਆ ਇੱਕ ਤਹਿਸ਼ੁਦਾ ਸਾਜ਼ਿਸ਼ ਦੇ ਤਹਿਤ ਮੈਨੂੰ ਪਤਾ ਸੀਗਾ ਕਿ ਇਹਦੀ ਟਾਈਮਿੰਗ ਤੁਸੀਂ ਦੇਖੋ ਕਿ ਇਹਨੂੰ ਕਿਸੇ ਤਰੀਕੇ ਨਾਲ ਇਲੈਕਸ਼ਨ ਤੋਂ ਬਾਹਰ ਰੱਖੋ ਕਿਉਂਕਿ ਮੈਂ ਬੀਜੇਪੀ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਕਰਦਾ ਸੀ ਚਾਹੇ ਉਹ ਜੋ ਆਪਾਂ ਦੇ ਕੇਸਸ ਹੈ ਚਾਹੇ ਉਹ ਫਾਰਮਰਸ ਐਜੀਟੇਸ਼ਨ ਹੈ ਚਾਹੇ ਉਹ ਨਵਰੀਤ ਡਿਬੜੇਪਦਾ ਕੇਸੀ ਰੁੱਦਰਪੁਰ ਵਾਲਾ ਟਰੈਕਟਰ ਪ੍ਰੇਡ ਗੁੰਡਾ ਮਾਰਿਆ ਗਿਆ ਸੀਗਾ ਸੋ ਭਾਜਪੀ ਨੂੰ ਇਹ ਦੁਖਦਾਔਰ ਭਾਜਪੀ ਦਾ ਤੁਸੀਂ ਟਰੈਕ ਰਿਕਾਰਡ ਦੇਖੋ ਇਹਨਾਂ ਨੇ ਸਾਰੇ ਆਪਣੇ ਪੋਲੀਟੀਕਲ ਓਪੋਨੈਂਟਸ ਨੂੰ ਟਾਰਗੇਟ ਕੀਤਾ ਔਰ ਤੁਸੀਂ ਜੰਮੂ ਕਸ਼ਮੀਰ ਦੀ ਜਿਹੜੀ ਮਹਿਬੂਬਾ ਮੁਫਤੀ ਨੂੰ ਈਡੀ ਨੇ ਰੇਡ ਕੀਤਾ ਤੁਸੀਂ ਪੰਜਾਬ ਦੇ ਵਿੱਚ ਆ ਜੋ ਖੇਰੇ ਨੂੰ ਫੜ ਲਿਆ ਅੱਗੇ ਚੱਲ ਜੋ ਹੂਡਾ ਸਾਹਿਬ ਤੇ ਸੀਬੀਆਈ ਅੱਗੇ ਚੱਲ ਜੋ ਚਦੰਬਰੂ ਨੂੰ ਫੜ ਲਿਆ ਅੱਗੇ ਚੱਲ ਜੋ ਡੀਕੇ ਸ਼ਿਵ ਕੁਮਾਰ ਕਰਨਾਟਕਾ ਨੂੰ ਫੜ ਲਿਆ ਅੱਗੇ ਚੱਲ ਜੋ ਮਹਾਰਾਸ਼ਟਰਾ ਚ ਅਨਿਲ ਦੇਸ਼ਮੁਖ ਫਾਰਮਰ ਮਿਨਿਸਟਰ ਕਦੀ ਭਾਜਪੀ ਨੇ ਕਿਸੇ ਭਾਜਪੀ ਵਾਲੇ ਨੂੰ ਫੜਿਆ ਕਿ ਨਹੀਂ ਫੜਿਆ ਇਹ ਤੁਹਾਨੂੰ ਪਤਾ ਲੱਗ ਜਾਂਦਾ ਕਿ ਏਜੰਸੀਆਂ ਦੀ ਕ੍ਰੈਡੀਬਿਲਿਟੀ ਜ਼ੀਰੋ ਆ ਜਦ ਵੀ ਕਿਸੇ ਪੋਲੀਟੀਕਲ ਬੰਦੇ ਨੂੰ ਹੱਥ ਪਾਉਂਦੇ ਨੇ ਲੋਕਾਂ ਨੂੰ ਪਤਾ ਵਾ ਕਿ ਇਹ ਬੇਬੁਨਿਆਦ ਮੁਕਦਮੇ ਬਣਾਏ ਜਾ ਰਹੇ ਨੇ ਸੋ ਇਸ ਕਰਕੇ ਮੈਨੂੰ ਕੋਈ ਚਿੰਤਾ ਨਹੀਂ ਗਈ ਮੈਨੂੰ ਕੋਈ ਜੇਲ੍ਹ ਕੱਟਣ ਦਾ ਮਲਾਲ ਨਹੀਂਗਾ ਹਾਂ ਦੁੱਖ ਜ਼ਰੂਰ ਹੈ ਕਿ ਤੁਸੀਂ ਜਦੋਂ ਕੁਝ ਕੀਤਾ ਹੀ ਨਹੀਂ ਗਲਤ ਤੁਸੀਂ ਲੋਕਾਂ ਦੀ ਲੜਾਈ ਲੜਦੇ ਹੋ ਜਿਨ੍ਹਾਂ ਲੋਕਾਂ ਨੂੰ ਅਸਲ ਫੜਨਾ ਸੀ ਈਡੀਆਂ ਊਡੀਆਂ ਨੇ ਇਸ ਕਰਕੇ ਮੈਨੂੰ ਇਸ ਗੱਲ ਦਾ ਦੁੱਖ ਆ ਕਿ ਮੈਨੂੰ ਮੈਂ ਬੇਗੁਨਾ ਸੀਗਾ ਤੇ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਕੀਤੀ ਹੈ ਮੇਰੇ ਖਿਲਾਫ ਮੈਂ ਹੁਣ ਇਹੀ ਸੋਚਿਆ ਅੰਤ ਵਿੱਚ ਕਿ ਰੱਬ ਉਹਨਾਂ ਦਾ ਵੀ ਭ ਕਿਹੜੇ ਕਿਹੜੇ ਲੋਕਾਂ ਨੇ ਸਾਜ਼ਿਸ਼ ਕੀਤੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਤੁਹਾਡੀ ਬਹੁਤ ਨੇੜਤਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਨਾਲ ਜਾ ਕੇ ਹੱਥ ਮਲਾ ਲੈਂਦੇ ਉਸ ਤੋਂ ਬਾਅਦ ਤੁਹਾਡੇ ਤੇ ਕਾਰਵਾਈ ਹੁੰਦੀ ਹੈ ਕੈਪਟਨ ਅਮਰਿੰਦਰ ਸਿੰਘ ਦਾ ਹਤਮੰਦ ਉਹ ਅਮਰਿੰਦਰ ਸਿੰਘ ਦਾ ਹੱਥ ਨਾਲੋਂ ਰਾਣਾ ਗੁਰਜੀਤ ਸੀ ਨਾ ਜਿਹੜਾ ਉਹਨੂੰ ਜਦੋਂ ਮਾਈਨਿੰਗ ਸਕੈਂਡਲ ਚੋਂ ਮੈਂ ਉਹਨੂੰ ਬਜ਼ਾਰਤ ਚ ਕਢਾਇਆ ਉਹਨੂੰ ਬਹੁਤ ਜ਼ਿਆਦਾ ਚੁੱਪ ਗਈ ਗੱਲ ਜ਼ਿਆਦਾ ਹੀ ਦੁੱਖ ਕਰ ਗਿਆ ਉਹ ਇੰਦਾ ਤਾਂ ਵਜੀਰੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹਨੇ ਮੇਰਾ ਉਦੋਂ ਐਸ ਲੀਡਰ ਆਫ ਆਪੋਜੀਸ਼ਨ ਉਹ ਜਿਹੜਾ ਐਨਡੀਪੀਐਸ ਦਾ ਫਾਜ਼ਲਕਾ ਦਾ ਕੇਸ ਸੀ ਉਹਦੇ ਚ ਮੈਨੂੰ ਕੋਰਟ ਚੋਂ ਸਬਨ ਕਰਾਤੇ ਜਾ ਕੇ ਮੈਨੂੰ ਮੈਨਿਪੂਲੇਟ ਕਰਕੇ ਸਰਕਾਰ ਦਾ ਇਨਫਲੂਐਂਸ ਯੂਜ਼ ਕਰਕੇ ਉਹ ਮੇਰਾ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੋਇਆ ਸੀਗਾ ਸੋ ਇਸ ਕਰਕੇ ਇੱਕ ਜਿਹੜਾ ਸਾਜ਼ਿਸ਼ ਦਾ ਜਿਹੜਾ ਸੀਗਾ ਚਿਹਰਾ ਉਹ ਇਹ ਬੰਦਾ ਸੀਗਾ ਦਾਗ ਹੀ ਬੰਦਾ ਤੁਸੀਂ ਰਾਣਾ ਗੁਰਜੀਤ ਦਾ ਰੋਲ ਸੀ ਰਾਣਾ ਗੁਰਜੀਤ ਤੁਹਾਡੀ ਪਾਰਟੀ ਦੇ ਲੀਡਰ ਹੈਗੇ ਹੈ ਮੰਤਰੀ ਹੈਗੇ ਸਿੱਧੇ ਤੌਰ ਤੇ ਗੱਲ ਕਰੀ ਜੇ ਤਾਂ ਕਾਂਗਰਸ ਪਾਰਟੀ ਵੀ ਤੁਹਾਡੇ ਨਾਲ ਨਹੀਂ ਖੜੀ ਫਿਰ ਕਾਂਗਰਸ ਪਾਰਟੀ ਨੇ ਵੀ ਰਾਣਾ ਗੁਰਜੀਤ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਕਿਉਂਕਿ ਆਖਰਕਾਰ ਬਦਨਾਮਤਾ ਕਾਂਗਰਸ ਪਾਰਟੀ ਦਾ ਲੀਡਰ ਹੋ ਰਿਹਾ ਸੀ ਨਾ ਪਾਰਟੀ ਨਾ ਕਹੋ ਪਾਰਟੀ ਨੇ ਤਾਂ ਮੈਨੂੰ ਅੰਦਰ ਬੈਠੇ ਨੂੰ ਟਿਕਟ ਦੇ ਦਿੱਤੀ ਹੈ ਥੈਟ ਇਜ਼ ਕਾਲਡ ਅ ਪਾਰਟੀ ਇਹ ਤਾਂ ਬੰਦਾ ਇੰਡੀਵਿਜੂਅਲ ਆ ਇਹ ਤਾਂ ਬੇਸ਼ਰਮ ਜਿਹਾ ਬੰਦਾ ਵਾ ਕਾਂਗਰਸ ਦੀ ਝੰਡੀ ਲਈ ਬੈਠਾ ਵਾ ਪੈਟਰੋਲ ਕਾਂਗਰਸ ਤੋਂ ਪਾਉਂਦਾ ਗੱਡੀ ਤੇ ਸੁਲਤਾਨਪੁਰ ਹਰੋਂਦਾ ਜਾ ਕੇ ਨਵਤੇਜ ਸਿੰਘ ਚੀਮਾ ਨੂੰ ਕਾਂਗਰਸ ਕੈਂਡੀਡੇਟ ਇਹਨਾਂ ਜਿਆਦਾ ਬੇਈਮਾਨ ਆਦਮੀ ਕੀ ਹੋ ਸਕਦਾ ਵਾ ਇਹ ਪਹਿਲਾਂ ਅਸਤੀਫਾ ਦੇ ਦੇ ਛੱਡ ਦੇ ਪਾਰਟੀ ਇਹ ਸਾਰੀਆਂ ਪੰਜਾਬ ਦੀ 117 ਸੀਟਾਂ ਤੇ ਲੜੇ ਜੇ ਇੰਨਾ ਪੈਸਾ ਇਹਦੇ ਕੋਲ ਹੈਗਾ ਇਹ ਔਰ ਕੱਲ ਪਰਸੋ ਦੀ ਬੀਜੇਪੀ ਦੇ ਬੰਦਿਆਂ ਨਾਲ ਫੋਟੋ ਆਉਂਦੀ ਸੀ ਇਹ ਯੋਗੀ ਦੀ ਤਾਰੀਫ ਕਰਦਾ ਵਾ ਇਹ ਆਪਣੇ ਮੁੰਡੇ ਦੀ ਨਾਗਰਿਕਤਾ 24 ਘੰਟਿਆਂ ਦੇ ਵਿੱਚ ਬਦਲਾ ਕੇ ਲਿਆਉਂਦਾ ਦਿੱਲੀੋਂ ਹੋਰ ਨਹੀਂ ਕਿਸੇ ਦੀ ਮੈਨੂੰ ਤਾਂ ਡਰ ਹੈਗਾ ਕਿ ਜਿਸ ਤਰ੍ਹਾਂ ਇਹ ਚੱਲ ਰਿਹਾ ਹੈਗਾ ਇਹ ਲਾਸਟ ਮੂਮੈਂਟ ਕਾਂਗਰਸ ਨੂੰ ਡਿਚ ਕਰਕੇ ਕਿਤੇ ਬੀਜੇਪੀ ਦੀ ਝੋਲੀ ਚ ਨਾ ਜਾ ਕੇ ਡਿੱਗ ਜੇ ਕਿਉਂਕਿ ਇਹਦੀਆਂ 4 슈ਗਰ ਮਿਲਾਂ ਯੂਪੀ ਚ ਨੇ ਇਹ ਉਹਨਾਂ ਤੋਂ ਬਿਗੈਰ ਤਾਂ ਗੁਜ਼ਾਰਾ ਨਹੀਂਗਾ 5 ਮਿੰਟ ਚ ਇਹ ਤਾਂ ਕੰਨ ਮਰੋੜ ਦੇਣਗੇ ਜਿਵੇਂ ਕਿ ਉਹਨੇ ਲਗਾਤਾਰ ਆਫਰਾ ਬੀਜੇਪੀ ਕਰ ਰਹੀ ਹੈਗੀ ਐ ਤੇ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਬਹੁਤ ਸਾਰੇ ਜਿਹੜੇ ਲੀਡਰ ਨਿਰਾਸ਼ ਚੱਲ ਰਹੇ ਕਾਂਗਰਸ ਪਾਰਟੀ ਦੇ ਵਿੱਚ ਚਾਹੇ ਉਹ ਤ੍ਰਿਪਤਿਰਜਿੰਦਰ ਬਾਜਵਾ ਹੁਣ ਹੋਰ ਬਹੁਤ ਸਾਰੇ ਲੀਡਰ ਹੈਗੇ ਆ ਕਿਤੇ ਨਾ ਕਿਤੇ ਹੱਥ ਉਹਨਾਂ ਦਾ ਬੀਜੇਪੀ ਨਾਲ ਅੰਦਰ ਖਾਤੇ ਮਿਲਿਆ ਹੋਇਆ ਜੋ ਸਾਡੇ ਕੋਲ ਕੰਸੋਆ ਹੈਗੀ ਆ ਕਿਉਂਕਿ ਕਿਤੇ ਨਾ ਕਿਤੇ ਕੋ ਇਲੈਕਸ਼ਨ ਤੋਂ ਬਾਅਦ ਇਹ ਵੱਡਾ ਸੈਟਬੈਕ ਕਾਂਗਰਸ ਪਾਰਟੀ ਨੂੰ ਜੋ ਬੀਜੇਪੀ ਦੀ ਨੀਤੀ ਹੈਗੀ ਆ ਉਹ ਲਾ ਸਕਦੇ ਆ ਦੇਖੋ ਇਹ ਕੋਈ ਡਾਊਟ ਨਹੀਂਗਾ ਕਿ ਬੀਜੇਪੀ ਜਿਹੜੀ ਆ ਉਹ ਇਹਨਾਂ ਏਜੰਸੀਜ਼ ਦੇ ਥਰੂ ਬਹੁਤ ਲੋਕਾਂ ਦੇ ਬਹੁਤ ਕਾਇਰ ਤੇ ਕਮਜ਼ੋਰ ਲੋਗ ਇਹਦੇ ਸਾਹਮਣੇ ਗੋਡੇ ਟੇਕ ਜਾਂਦੇ ਨੇ ਜਿਹੜਾ ਥੋੜਾ ਜਿਹਾ ਖੜਦਾ ਉਹ ਉਹਨੂੰ ਫਿਰ ਆ ਮੇਰੇ ਨਾਲ ਆ ਹਸ਼ਰ ਹੁੰਦਾ ਹੈ ਇਸ ਲਈ ਕਰ ਸਕਦੇ ਨੇ ਕੁਝ ਲੋਕ ਬਟ ਬੀਜੇਪੀ ਦੇ ਨਾਲ ਜਾ ਕੇ ਸਿੱਧੇ ਜਾਂ ਸਿੱਧੇ ਤੌਰ ਤੇ ਪੰਜਾਬ ਦੇ ਲੋਕਾਂ ਦੀ ਮਾਫੀ ਨਹੀਂ ਕਰਨਗੇ ਖਰ ਸਰ ਤੁਹਾਨੂੰ ਪਛਤਾਵਾ ਇਹ ਹੈ ਕਿ ਤੁਸੀਂ ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਧਰ ਚਲੇ ਜਾਂਦੇ ਲੋਕ ਜੇ ਉਹਨਾਂ ਦੀ ਪਾਰਟੀ ਬਣੀ ਜਾਏ ਭਾਜਪਾ ਦੇ ਨਾਲ ਚਲੇ ਜਾਂਦੇ ਸ਼ਾਇਦ ਤੁਹਾਡੇ ਨਾਲ ਆ ਕੁਝ ਨਾ ਹੁੰਦਾ ਨਹੀਂ ਨਹੀਂ ਮਤਲਬ ਹੀ ਕੋਈ ਨਹੀਂ ਜੀ ਆਈ ਹੈਵ ਟੂ ਸੀ ਮੈਂ ਆਪਣਾ ਇੱਕ ਪੁਰਾਣਾ 50 ਸਾਲ ਦਾ ਸਾਡਾ ਇੱਕ ਟਰੈਕ ਰਿਕਾਰਡ ਹੈ ਪੰਜਾਬ 'ਚ ਮੈਂ ਆਪਣਾ ਖਰਾਬ ਥੋੜੋ ਕਰਨਾ ਹੈਗਾ ਮੇਰੇ ਪਿਤਾ ਜੀ ਨੇ ਇੰਨਾ ਜੇਲਾਂ ਕੱਟੀਆਂ ਇੰਨਾ ਅਸੀਂ ਸਫ਼ਰ ਕੀਤਾ ਮੈਂ ਇੰਨੇ ਮੁਕਦਮੇ ਚੱਲੇ ਤੇ ਇੱਕ ਆਈਡੀ ਜੀ ਦੇ ਕਰਕੇ ਮੈਂ ਉੱਥੇ ਚੱਲ ਜੂੰਗਾ ਨੈਵਰ ਏਵਰ ਮੈਂ ਆਲ ਸਟੈਂਡ ਵੇਰਾ ਹੈ ਤਾਂ ਲੱਗਦਾ ਕੀ ਤੁਹਾਡੀ ਜੇਲ੍ਹ ਜਾਣ ਤੋਂ ਬਾਅਦ ਪਪੂਲਾਰਿਟੀ ਵਧੀ ਹੈ ਲੋਕਾਂ ਦੇ ਵਿੱਚ ਮੈਨੂੰ ਇਹ ਅਹਿਸਾਸ ਹੋ ਰਿਹਾ ਕਿ ਮੇਰੇ ਆਪਣੇ ਇਲਾਕੇ ਦੇ ਵਿੱਚ ਬਹੁਤ ਲੋਕਾਂ ਨੇ ਮੇਰੇ ਨਾਲ ਅਰਦਾਸਾਂ ਕੀਤੀਆਂ ਸਿੰਪੈਥਾਈਜ਼ ਕੀਤਾ ਵਰਲਡ ਓਵਰ ਲੋਕਾਂ ਨੇ ਮੇਰੇ ਲਈ ਸ਼ੁਭ ਕਾਮਨਾਵਾਂ ਭੇਜੀਆਂ ਮੇਰੇ ਬੇਟੇ ਨੂੰ ਬਹੁਤ ਲੋਕਾਂ ਨੇ ਬਹੁਤ ਜ਼ਿਆਦਾ ਪਿੱਛੇ ਸਪੋਰਟ ਕੀਤਾ that shows that i have uh, people are sympathetic towards me ਕਿਉਂਕਿ ਉਹਨਾਂ ਨੂੰ ਪਤਾ ਕਿ ਮੈਂ ਬੇਗਨਾਵਾ ਹ ਸੋ ਵੱਟੇ ਫਿਰ ਇੱਥੇ ਇਹ ਖੜਾ ਹੁੰਦਾ ਕਿ ਭਾਜਪਾ ਨੂੰ ਨਹੀਂ ਪਤਾ ਕਿ ਪੰਜਾਬ ਦੀ ਮਲਟੀਟੈਲਿਟੀ ਨਹੀਂ ਪਤਾ ਕਿ ਲੋਕ ਹੀਰੋ ਬਣਾ ਦੇਣਗੇ ਜੇਕਰ ਜੇਲ੍ਹ ਚ ਬਾਹਰ ਆਣਗੇ ਸੁਖਪਾਲ ਖੈਰ ਉਸ ਤੋਂ ਬਾਅਦ ਵੀ ਉਹ ਕਾਰਵਾਈ ਕਰ ਰਹੀ ਹੈ ਦਿੱਲੀ ਬੈਠੇ ਲੋਕਾਂ ਨਾਲ ਉਹ ਗਰਾਊਂਡ ਨਾਲ ਟੱਚ ਨਹੀਂ ਰਹਿੰਦੇ ਉਹਨਾਂ ਨੂੰ ਐ ਲੱਗਦਾ ਵਾ ਵੀ ਬਸ ਦੱਬੀ ਚੱਲੋ ਤੇ ਫਿਰ ਦੇਖਾਂਗੇ ਔਰ ਇਹਦਾ ਗੱਲਾਂ ਦਾ ਖਮਿਆਜ਼ਾ ਉਹਨਾਂ ਨੂੰ ਅਲਟੀਮੇਟਲੀ ਭੁਗਤਣਾ ਪਵੇਗਾ ਸਰ ਜਿਕਰ ਗੱਲ ਕਰੀਏ ਪੰਜਾਬ ਦੇ ਵਿੱਚ ਜਿਸ ਹਿਸਾਬ ਦੇ ਨਾਲ ਕਾਂਗਰਸ ਪਾਰਟੀ ਨੇ ਟਿਕਟਾ ਦਿੱਤੀ ਹੈ ਬਗਾਵਤ ਵੱਡੀ ਖੜੀ ਹੋਗੀ ਦਾਗੀ ਲੀਡਰ ਜਿਨ੍ਹਾਂ ਉੱਪਰ ਸਵਾਲ ਖੜੇ ਹੁੰਦੇ ਰਹੇ ਆ ਸਾਧੂ ਸਿੰਘ ਧਰਮਸੋਧੀ ਗੱਲ ਕਰਦੇ ਸਵਾਲ ਖੜੇ ਹੁੰਦੇ ਆ ਆਪਾਂ ਦਾਗੀ ਨਹੀਂ ਕਹਿੰਦੇ ਉਹਨਾਂ ਨੂੰ ਸਵਾਲ ਖੜੇ ਹੁੰਦੇ ਰਹੇ ਆ ਮਦਨਾਲ ਜਲਾਲਪੁਰ ਦੀ ਗੱਲ ਕਰ ਲਈ ਤੁਹਾਡੇ ਮੈਂਬਰ ਪਾਰਲੀਮੈਂਟ ਸ਼ਮਸ਼ੇਰ ਸਿੰਘ ਦੁੱਲੋ ਨੇ ਸਵਾਲ ਖੜੇ ਕੀਤੇ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਕੀਤੇ ਬੋੜਾ ਬਹੁਤਿਆਂ ਨੇ ਸਵਾਲ ਖੜੇ ਕੀਤੇ ਪਰ ਟਿਕਟਾਂ ਦਿੱਤੀ ਗਈ ਫਿਰ ਵੀ ਮੈਂ ਨਾ ਹੁਣ ਆਈ ਹੈਵ ਜਸਟ ਕਮ ਆਊਟ ਆਫ ਦਾ ਜੇਲ ਮੈਨੂੰ ਹੁਣ ਇਹਨਾਂ ਪਤਾ ਨਹੀਂਗਾ ਕਿ ਕਿਹੜਾ ਕਾਰਨਾ ਕਰਕੇ ਦਿੱਤੀਆਂ ਨਹੀਂ ਹਾਂ ਇਹ ਮੈਂ ਗੱਲ ਨਾਲ ਪ੍ਰਿੰਸੀਪਲੀ ਐਗਰੀ ਕਰਦਾ ਕਿ ਜਿਹੜਾ ਲੋਕਾਂ ਦੇ ਇਲਜ਼ਾਮ ਇਸ ਤਰ੍ਹਾਂ ਦੇ ਨੇ ਯੂ ਸਟਿੱਕ ਕਰ ਦੇਣੇ ਉਹਨਾਂ ਨੂੰ ਅਵੋਇਡ ਕੀਤਾ ਜਾ ਸਕਦਾ ਸੀ ਦੈਟਸ ਆਲ ਆਈ ਕੈਨ ਸੇ ਕਿ ਥੈਂਕ ਯੂ ਤਾਂ ਸੁਖਪਾਲ ਖਰਾ ਕੀ ਅਵੋਇਡ ਕੀਤਾ ਜਾ ਸਕਦਾ ਸੀ ਕਿ ਜਿੰਨਾ ਉੱਪਰ ਇਲਜ਼ਾਮ ਲੱਗਦੇ ਰਹੇ ਹੈ ਤੇ ਕਿਤੇ ਨਾ ਕਿਤੇ ਭਾਜਪਾ ਦੀ ਨੀਤੀ ਦੱਸੀ ਆ ਕੀ ਸੈਕਟ ਬਾਕ ਚੋਣਾਂ ਤੋਂ ਬਾਅਦ ਲੱਗ ਸਕਦਾ ਕਿਉਂਕਿ ਭਾਜਪਾ ਦੀ ਨੀਤੀ ਕਿਤੇ ਨਾ ਕਿਤੇ ਇਹੋ ਜੀ ਰਹੀ ਹੈ ਕੈਮਰਾ ਪਰਸਨ ਦਲੀਪ ਦੇ ਨਾਲ ਆਸ਼ੂ ਅਨੇਜਾ ਲੀਵਿੰਗ ਇੰਡੀਆ ਨਿਊਜ਼ ਚੰਡੀਗੜ੍ਹ